ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਪੰਜ ਜੁਆਏ, ਇੱਕ ਐਸਾ ਥੀਮ ਪਾਰਕ ਜਿਹਦੇ ਵਿੱਚ ਤੁਹਾਨੂੰ ਆ ਕੇ ਮਜ਼ੇ ਮਜ਼ੇ ਆਉਣਗੇ। ਆਓ ਚੱਲਦੇ ਹਾਂ। ਇੰਜੋਏ ਜੀ, ਕੀ ਕਿੱਦਾਂ ਇੰਜੋਏ ਕੀਤਾ? ਪੂਰਾ ਇੰਜੋਏ ਕੀਤਾ ਜੀ। ਤੁਸੀਂ ਦੱਸੋ, ਤੁਸੀਂ ਕਰਨਾ ਆ ਜਾਓ ਨਾਲ, ਅਸੀਂ ਵੀ ਇੰਜੋਏ ਕਰਾਂਗੇ, ਕੋਈ ਗੱਲ ਨਹੀਂ ਹੈ। ਵਧੀਆ ਇੰਜੋਏ ਕੀਤਾ ਜੀ, ਵਧੀਆ ਪ੍ਰੋਗਰਾਮ ਹੈ ਜੀ, ਇੰਜੋਏ ਪੂਰਾ, ਖਾਣਾ ਵਗੈਰਾ ਐਨ ਪੂਰਾ ਓਕੇ ਹੈ ਜੀ। ਅਸੀਂ ਚੰਡੀਗੜ੍ਹ ਤੋਂ ਆਏ ਹਾਂ ਅਤੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ। ਨੌਵੀਂ ਵਾਲੇ ਦਾ ਐਂਟਰੀ ਹਮ ਦੇਖ ਸਕਤੇ ਹੈਂ ਕਿ ਪੂਰੀ ਫੈਮਿਲੀ ਕੇ ਸਾਥ ਯੇ ਲੋਗ ਆਏ ਹੋਏ ਹੈਂ। ਵੈਸੇ ਕਹਾਂ ਸੇ ਆਏ ਹੋ? ਕੋਟਕਪੂਰਾ ਸਰ, ਦਿੱਲੀ। ਦਿੱਲੀ ਸੇ? ਇੰਜੋਏ ਕੀਤਾ ਪੰਜ ਵਜੇ? ਬਹੁਤ ਅੱਛਾ ਲੱਗਾ, ਬਹੁਤ ਮਜ਼ਾ ਆ ਰਿਹਾ ਹੈ। ਸਰ ਫੁੱਲ ਔਨ ਮਜ਼ੇ ਹੈ, ਮਸਟ ਵਿਜ਼ਿਟ, 100 out of 100। ਕਹਾਂ ਸੇ ਆਏ? ਬਹੁਤ ਵਧੀਆ ਜੀ, ਬਹੁਤ ਆਰਾਮ ਸਮਾਨ ਸੇ ਆਏ, ਪਟਿਆਲਾ ਸੇ ਜੀ। ਮੈਂ ਕਹਿੰਦਾ ਪੂਰਾ ਮਜ਼ੇ, ਪੂਰਾ ਮਜ਼ਾ ਆ ਰਿਹਾ ਹੈ, ਬਹੁਤ ਵਧੀਆ। ਪਰ ਸਾਡੇ ਮਾਲਵੇ ਸਭ ਤੋਂ ਵੱਡੀ ਚੀਜ਼, ਪਹਿਲੀ ਵਾਰੀ ਆਈ ਹੈ ਯਾਰ। ਬਠਿੰਡੇ ਦੀ ਸ਼ਾਨ ਤੇ ਬਰਨਾਲੇ ਦੀ ਆਨ ਤੇ ਸੰਗਰੂਰ ਦੀ ਬਾਨ। ਅਸੀਂ ਤਾਂ ਕਹਿੰਦੇ ਹਾਂ ਵੀ ਸਾਰਿਆਂ ਨੂੰ ਆਉਣਾ ਚਾਹੀਦਾ, ਇੱਕ ਵਾਰ ਜ਼ਰੂਰ ਆਪਦੇ ਮਾਂ ਪਿਓ ਨੂੰ, ਜਵਾਕਾਂ ਨੂੰ ਲੈ ਕੇ ਇੱਥੇ ਆਉਣਾ ਚਾਹੀਦਾ। This is a very unexpected thing because I've never thought ki Bathinda mein ta acha water park hoga, so good job, very good job. I mean the safety and everything is really good, so a fantastic job. ਪੂਰਾ ਇੰਜੋਏ ਕਰ ਰਹੇ ਜੀ, ਗਰਮੀ ਦੀਆਂ ਛੁੱਟੀਆਂ ਦੇ ਵਿੱਚ ਪੂਰਾ ਇੰਜੋਏ ਕਰ ਰਹੇ।
ਬੰਦੇ ਨੇ ਪੂਰਾ ਇੰਜੋਏ ਕਰਨਾ ਹੋਵੇ ਤੇ ਇੱਥੇ ਗੱਲ ਕਰਾਂ ਜਦੋਂ ਮਰਜ਼ੀ। ਬਹੁਤ ਵਧੀਆ ਜੀ, ਆਪਾਂ ਤਾਂ ਕਹਿੰਦੇ ਪੰਜਾਬ ਦਾ ਨੰਬਰ ਇੱਕ ਹੈ ਜੀ, ਇਹਦੇ ਮੁਕਾਬਲੇ ਹੋਰ ਤਾਂ ਹੈ ਹੀ ਨਹੀਂ ਮੇਰੇ ਹਿਸਾਬ ਨਾਲ ਕੋਈ ਪੰਜਾਬ 'ਚ। ਬਹੁਤ ਵਧੀਆ ਲੱਗਿਆ, ਬਹੁਤ ਆਫ ਅਮਾਊਂਟ, ਬਹੁਤ ਅੱਛਾ, ਪੈਸੇ ਵਸੂਲ ਹੈ ਮੁੱਲਾ ਪੁਰ ਲੁਧਿਆਣਾ। ਜੀ ਪੰਜਵਾਏ ਦਾ ਨਜ਼ਾਰਾ ਔਰ ਸਾਰੀ ਫੈਮਿਲੀ ਕੀ ਕਹਿਣਾ ਚਾਹੋਗੇ ਕਿ ਕਿਵੇਂ ਇੰਜੋਏ ਕਰ ਰਹੇ ਹੋ ਤੁਸੀਂ? ਤਾਂ ਜਿਵੇਂ ਪੂਰੇ ਫੋਰਨ ਦੇ ਵਿੱਚ ਟੂ ਟਾਇਰ ਲਗਾਉਣ ਗਏ ਉੱਦਾਂ ਦਾ ਮਜ਼ਾ ਲੈ ਰਹੇ ਹੋ, ਕੀ ਕਹਿਣਾ ਚਾਹੋਗੇ? ਬਹੁਤ ਅੱਛੀ ਲੋਕੇਸ਼ਨ ਨੇ ਪੰਜਾਬ ਸੀ, ਸੰਗਰੂਰ ਸੇ, ਸੰਗਰੂਰ ਸੇ, ਸੰਗਰੂਰ ਸੇ, ਸੰਗਰੂਰ ਸੇ ਆਏ ਹਮ, ਜਬ ਸੇ ਆਏ ਹਾਂ ਪੂਰਾ ਇੰਜੋਏ ਕਰ ਰਹੇ ਹਾਂ। ਹਮ ਤਾਂ ਬਾਹਰ ਆ ਗਏ, ਹਮਾਰੇ ਬੱਚੇ ਤਾਂ ਅਭੀ ਵੀ ਅੰਦਰ ਹੀ ਹੈ। ਬਹੁਤ ਅੱਛੀ ਡੈਸਟੀਨੇਸ਼ਨ ਹੈ, ਆਪਣੇ ਆਸ ਪਾਸ ਕੋਈ ਅਜਿਹੀ ਡੈਸਟੀਨੇਸ਼ਨ ਨਹੀਂ ਨਾ ਹੈਗੀ ਸੀ, ਜ਼ਰੂਰਤ ਵੀ ਸੀ, ਸਮਰ ਵੈਕੇਸ਼ਨ ਲਈ ਬਹੁਤ ਅੱਛੀ ਹੈ, ਬਹੁਤ ਵਧੀਆ, ਬਹੁਤ ਬਿਲਕੁਲ ਜੀ ਬਿਲਕੁਲ। ਬੋਲੋ, ਮੈਂ ਬਹੁਤ ਇੰਜੋਏ ਕੀਆ। ਪਲਾ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਪੰਜਵਾਏ, ਇੱਕ ਐਸਾ ਨਾਮ ਜਿਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ 14 ਜਨਵਰੀ ਨੂੰ ਸਟਾਰਟ ਕੀਤਾ ਔਰ ਕ੍ਰੀਏਸ਼ਨਸ ਆਪਾਂ ਦੇਖ ਸਕਦੇ ਹਾਂ। ਆਪਾਂ ਦੇਖਿਆ ਕਿ ਲੰਬੀਆਂ ਲਾਈਨਾਂ ਗੱਡੀਆਂ ਦੀਆਂ, ਔਰ ਲੱਗਦਾ ਵੀ ਕਿਸੇ ਆਪਾਂ ਹਿੱਲ ਸਟੇਸ਼ਨ 'ਤੇ ਜਾ ਆਏ ਹੋਈਏ। ਜਿਸ ਤਰੀਕੇ ਦਾ ਮਜ਼ਾ ਇਹ ਨੌਜਵਾਨ ਸਾਡੇ ਭਰਾ ਜਿਨ੍ਹਾਂ ਨੇ ਇੱਕ ਮਾਲਵੇ ਦੇ ਏਰੀਏ ਦੇ ਵਿੱਚ, ਜਿਹਦੇ ਨਾਲ ਕਿ ਮਾਲਵੇ ਦਾ ਨਾਮ ਵੀ ਬਹੁਤ ਜ਼ਿਆਦਾ ਉੱਚਾ ਹੋਇਆ, ਇਸ ਏਰੀਏ ਦਾ ਨਾਮ ਉੱਚਾ ਹੋਇਆ, ਆਪਾਂ ਦੇਖ ਸਕਦੇ ਹਾਂ। ਆਪਾਂ ਨੂੰ ਹਰਿਆਣੇ ਤੋਂ ਲੋਕ, ਡੱਬਵਾਲੀ ਵਾਲਾ ਏਰੀਆ, ਸਰਸੇ ਵਾਲਾ ਏਰੀਆ, ਆਪਾਂ ਰਾਜਸਥਾਨ 'ਚੋਂ ਦੇਖ ਰਹੇ ਹਾਂ, ਰਾਜਸਥਾਨ ਦੇ ਲੋਕ, ਉਹਨਾਂ ਦੇ ਲਈ ਇੱਕ ਬਹੁਤ ਪਿਆਰਾ ਇੱਕ ਵੈਂਚਰ ਇਹਨਾਂ ਨੇ ਦਿੱਤਾ। ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਪੰਜਾਬ ਪਲੱਸ ਵੱਲੋਂ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੁਸੀਂ ਟਾਈਮ ਕੱਢ ਕੇ ਸਾਡੇ ਇਸ ਪ੍ਰੋਜੈਕਟ 'ਤੇ ਆਏ ਹੋ ਅਤੇ ਇਹਨੂੰ ਕਵਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਪੇਂਡੂ ਏਰੀਏ ਔਰ ਇਹਨਾਂ ਪੇਂਡੂ ਏਰੀਆ ਦੇ ਵਿੱਚ ਇੱਕ ਐਸਾ ਕੰਸੈਪਟ ਜਿਹੜਾ ਕਿ ਇੱਦਾਂ ਲੱਗ ਰਿਹਾ ਕਿ ਕਿਸੇ ਵਰਲਡ ਦੇ ਆਪਾਂ ਕਿਸੇ ਹੋਰ ਕੰਟਰੀ 'ਚ ਫਿਰਦੇ ਹੋਈਏ, ਕਿਵੇਂ ਕਿੱਥੋਂ ਇਹ ਸਟਾਰਟ ਹੋਈ, ਕਿਵੇਂ ਇਹ ਜਿਹੜੀ ਟੀਮ ਜਿਹੜੀ ਹੈਗੀ ਆ, ਪਿਆਰੇ ਪਿਆਰੇ ਸਾਡੇ ਭਰਾ ਜਿਹੜੇ ਨੇ ਬਹੁਤ ਹੀ ਇੰਟੈਲੀਜੈਂਟਲੀ ਔਰ ਬਹੁਤ ਕ੍ਰੀਏਟਿਵਲੀ ਔਰ ਬਹੁਤ ਧੰਮਲ ਦੇ ਨਾਲ, ਹੁਣ ਜਿੱਦਾਂ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਤਾਂ ਇੱਕ ਮਿੰਟ ਦੇ ਵਿੱਚ ਸਾਰੇ ਜਾਣੇ ਜਿਵੇਂ ਇਕੱਠੇ ਹੋ ਜਾਂਦੇ ਨੇ, ਕੀ ਕਹਿਣਾ ਚਾਹੋਗੇ? ਦੇ ਵਿੱਚ ਜੀ
ਜਿਹੜਾ ਥੋੜ੍ਹਾ ਜਿਹਾ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਇਹ ਪ੍ਰੋਜੈਕਟ ਸਾਡੇ ਮਾਈਂਡ ਦੇ ਵਿੱਚ ਕਿੱਦਾਂ ਆਇਆ। ਅਸੀਂ ਸਾਰੇ ਦੋਸਤ ਜਿਹੜੇ ਕਿ ਸਟਾਰਟਿੰਗ ਪਿੰਡ ਬੁਰਜਹਰੀ ਸਾਡਾ ਪਿੰਡ ਹੈ ਅਤੇ ਨਾਲ ਸਾਡੇ ਬੈਠੇ ਨੇ ਸਾਥੀ ਰਾਪਰ ਜਿਹੜਾ ਮਾਨਸਾ ਦੇ ਵਿੱਚ ਹੀ ਹੈ। ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਪਿੰਡਾਂ ਦੇ ਵਿੱਚ ਉੱਠ ਕੇ ਇਕੱਠੇ ਕੰਮ ਕਰਕੇ ਤਕਰੀਬਨ 15 ਸਾਲ ਹੋ ਗਏ ਸਾਨੂੰ ਮਿਹਨਤ ਕਰਦਿਆਂ ਨੂੰ। ਉਸ ਮਿਹਨਤ ਦਾ ਅੱਜ ਅਸੀਂ ਅਤੇ ਤੁਸੀਂ ਵੀ ਸਾਰਾ ਰਿਜ਼ਲਟ ਦੇਖ ਰਹੇ ਹੋ ਵੀ ਅਸੀਂ ਕਿੱਥੋਂ ਸ਼ੁਰੂ ਕੀਤਾ ਅਤੇ ਕਿੱਥੇ ਆ ਕੇ ਅਸੀਂ ਹੁਣ ਪਹੁੰਚ ਗਏ ਹਾਂ। ਜਦੋਂ ਅਸੀਂ ਘੁੰਮਦੇ ਫਿਰਦੇ ਹੁੰਦੇ ਸੀਗੇ ਤਾਂ ਸਾਡੇ ਮਾਈਂਡ ਦੇ ਵਿੱਚ ਇਹ ਪ੍ਰੋਜੈਕਟ ਬਾਰੇ ਕੁਛ ਨਾ ਕੁਛ ਵਿਚਾਰ ਆਉਂਦੇ ਵੀ ਇੱਦਾਂ ਦਾ ਕੋਈ ਪ੍ਰੋਜੈਕਟ ਹੋਣਾ ਚਾਹੀਦਾ, ਤਾਂ ਉਹ ਕਨਸੈਪਟ ਲੈ ਕੇ ਇਹ ਪ੍ਰੋਜੈਕਟ ਬਾਰੇ ਸੋਚਿਆ ਤਾਂ ਵੀ ਇੱਕ ਵਾਟਰ ਪਾਰਕ ਪ੍ਰੋਜੈਕਟ ਕੀਤਾ ਜਾਵੇ ਅਤੇ ਕਿੱਥੇ ਕੀਤਾ ਜਾਵੇ, ਫਿਰ ਇਹਦੇ ਬਾਰੇ ਅਸੀਂ ਸੋਚਣਾ ਸ਼ੁਰੂ ਕੀਤਾ। ਤਾਂ ਅਖੀਰ ਦੇ ਵਿੱਚ ਇਹ ਸੋਚਦੇ ਸੋਚਦੇ ਸੋਚਿਆ ਵੀ ਯਾਰ ਜੇ ਕਰਨਾ ਪ੍ਰੋਜੈਕਟ ਤਾਂ ਆਪਾਂ ਆਪਦੇ ਏਰੀਏ ਦੇ ਵਿੱਚ ਹੀ ਕਰੀਏ, ਮਾਲਵੇ ਦੇ ਵਿੱਚ ਹੀ ਕਰੀਏ ਜਿੱਥੇ ਲੋਕ ਬਠਿੰਡੇ ਨੂੰ ਟਿੱਬਿਆਂ ਦਾ ਜ਼ਿਲ੍ਹਾ ਕਹਿੰਦੇ ਨੇ, ਟਿੱਬਿਆਂ ਮਾਲਵੇ ਦੇ ਵਿੱਚ ਵੀ ਟਿੱਬੇ ਟਿੱਬੇ ਨੇ। ਅਸੀਂ ਸੋਚਿਆ ਵੀ ਯਾਰ ਟਿੱਬਿਆਂ ਦੇ ਵਿੱਚ ਹੀ ਇੱਕ ਇੱਦਾਂ ਦਾ ਮੇਲਾ ਲਾ ਦਈਏ ਜਿੱਥੇ ਕਿ ਲੋਕ ਦੂਰੋਂ ਦੂਰੋਂ ਆਉਣ। ਇਹ ਟਿੱਬੇ ਹੁਣ ਵੀ ਤੁਹਾਡੇ ਸਾਹਮਣੇ ਹੈ ਜੀ, ਸਾਹਮਣੇ ਆਲੇ ਦੁਆਲੇ ਟਿੱਬੇ ਤੁਹਾਨੂੰ ਬਹੁਤ ਦਿਖਾਈ ਦੇ ਰਹੇ ਨੇ। ਇੱਕ ਟਿੱਬਿਆਂ ਦੇ ਵਿਚਾਲੇ ਅਸੀਂ ਪਾਣੀ ਵਾਲਾ ਇਹ ਕਨਸੈਪਟ ਵਾਟਰ ਪਾਰਕ ਅਤੇ ਇਨਡੋਰ ਗੇਮ ਜ਼ੋਨ ਅਸੀਂ ਲੈ ਕੇ ਆਏ ਹਾਂ। ਇਹ ਜਿਹੜਾ ਸਾਰਾ ਪ੍ਰੋਜੈਕਟ ਹੈ ਟੋਟਲ 20 ਏਕੜ ਦੇ ਵਿੱਚ ਪ੍ਰੋਜੈਕਟ ਹੈ। ਇਹਦੇ ਅਸੀਂ ਅਲੱਗ ਅਲੱਗ 4 ਸਟੇਜਾਂ ਰੱਖੀਆਂ ਹੋਈਆਂ ਨੇ। ਪਹਿਲੇ ਸਟੇਜ ਦੇ ਮੁਤਾਬਕ ਅਸੀਂ 14 ਜਨਵਰੀ ਨੂੰ ਇਨਡੋਰ ਗੇਮ ਜ਼ੋਨ ਸੀ ਜਿਹੜਾ ਉਹ ਅਸੀਂ ਓਪਨ ਕਰ ਚੁੱਕੇ ਹਾਂ। ਦੂਸਰਾ ਸੀਗਾ ਜਿਹੜਾ ਉਸ ਤੋਂ ਬਾਅਦ ਵਾਟਰ ਪਾਰਕ ਉਹ ਅਸੀਂ 5 ਮਈ ਨੂੰ ਓਪਨ ਕਰ ਚੁੱਕੇ ਹਾਂ। ਅਤੇ ਤੀਸਰੀ ਸਟੇਜ ਇਹਦੀ ਆਉਣ ਵਾਲੀ ਹੈ ਵੀ ਡੈਸਟੀਨੇਸ਼ਨ ਬੈਡਿੰਗ, ਉਹ ਵੀ ਅਸੀਂ ਅੱਗੇ ਸਰਦੀਆਂ ਦੇ ਵਿੱਚ ਓਪਨ ਕਰਨ ਜਾ ਰਹੇ ਹਾਂ। ਅਤੇ ਉਸ ਦੇ ਨਾਲ ਨਾਲ ਚੌਥੀ ਜਿਹੜੀ ਸਟੇਜ ਹੋਏਗੀ ਉਹ ਹੋਏਗੀ ਵੀ ਹੋਟਲ ਦੀ, ਜਿਹੜਾ ਕਿ 4 ਸਟਾਰ ਦੇ ਨੇੜੇ ਤੇੜੇ ਅਸੀਂ ਲੈ ਕੇ ਜਾਵਾਂਗੇ। 4 ਤੋਂ 5 ਸਟਾਰ ਦੇ ਵਿੱਚ 40 ਰੂਮ ਦਾ ਇੱਕ ਕਮਰਿਆਂ ਦਾ ਇੱਕ ਹੋਟਲ ਬਣਾਉਣ ਜਾ ਰਹੇ ਹਾਂ, ਕਿਉਂਕਿ ਇਹ ਆਪਸ ਵਿੱਚ ਇੱਕ ਦੂਜੇ ਨਾਲ ਰਿਲੇਟਡ ਨੇ ਤਾਂ ਸਾਨੂੰ 4 ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਜੀ। ਡੈਸਟੀਨੇਸ਼ਨ ਮੈਰਿਜਿਸ ਜਿਹੜੀਆਂ ਕਿ ਇੱਕ ਬਹੁਤ ਅੱਜ ਕੱਲ੍ਹ ਟ੍ਰੈਂਡ ਹੋ ਗਿਆ, ਔਰ ਆਪਣੇ ਪੰਜਾਬ ਦੇ ਲੋਕ ਖਾਸ ਕਰਕੇ ਉਹ ਜਾਂਦੇ ਸੀ ਹਿਮਾਚਲ ਦੇ ਵਿੱਚ ਜਿੱਥੇ ਖਾਣੇ ਵਧੀਆ ਨਹੀਂ ਮਿਲਦੇ, ਪਹਾੜਾਂ ਦੇ ਵਿੱਚ ਰਾਤਾਂ ਨੂੰ ਜਾ ਜਾ ਕੇ 10-10 ਘੰਟੇ ਦੇ ਸਫ਼ਰ। ਕੀ ਕਹਿਣਾ ਚਾਹੋਗੇ ਕਿ ਇਹ ਜਿਹੜਾ ਡੈਸਟੀਨੇਸ਼ਨ ਮੈਰਿਜ ਦਾ ਪ੍ਰੋਜੈਕਟ ਹੈਗਾ ਉਹ ਤਾਂ ਇੱਕ ਬਹੁਤ ਹੀ ਗ੍ਰੇਸਫੁੱਲ, ਔਰ ਇਹਦੇ ਲਈ ਤਾਂ ਸਾਰੇ ਜਾਣੇ ਫਿਰ ਐਪਰੀਸ਼ੀਏਟ ਕਰਨਗੇ, ਮਤਲਬ ਸਾਰੀਆਂ ਚੀਜ਼ਾਂ ਐਪਰੀਸ਼ੀਏਸ਼ਨ ਵਾਲੀਆਂ। ਜੇ ਆਪਾਂ ਵਾਟਰ ਪਾਰਕ ਦੀ ਗੱਲ ਕਰ ਲਈਏ, ਆਪਾਂ ਫਨ ਪਾਰਕਸ ਦੀ ਗੱਲ ਕਰ ਲਈਏ, ਉਹਦੇ ਨਾਲ ਨਾਲ ਜਿਹੜੀ ਡੈਸਟੀਨੇਸ਼ਨ ਮੈਰਿਜ ਵਾਲੀ ਆ ਉਹ ਬਾਈ ਜੀ ਉਹ ਤਾਂ ਉਦੋਂ ਵੀ ਜ਼ਿਆਦਾ ਸੁਣਨ ਦੇ ਸੁਹਾਗਾ ਹੋਜੂਗਾ, ਕਿਉਂਕਿ ਲੋਕ ਅੱਜ ਕੱਲ੍ਹ ਚਾਹੁੰਦੇ ਆ ਕਿ ਅਸੀਂ ਲੌਂਗ ਫੰਕਸ਼ਨਸ ਕਰਨੇ ਹੈਗੇ ਆ, ਔਰ ਉਹਦੇ ਲਈ 40 ਰੂਮਸ ਦਾ ਮਤਲਬ ਆ ਕਿ ਅਬਾਊਟ ਉਹਨਾਂ ਦਾ 150 ਬੰਦਾ ਜਿਹੜਾ ਹੈਗਾ ਉੱਥੇ ਹੋ ਗਿਆ, ਬਾਕੀ ਆਸ ਪਾਸ ਹੋਟਲ ਬਥੇਰੇ ਹੈਗੇ ਆ ਬਠਿੰਡੇ ਦੇ, ਔਰ ਇਹ ਤਾਂ ਇੱਕ ਬਹੁਤ ਹੀ ਮਤਲਬ ਲੋਕਾਂ ਦੇ ਲਈ ਆਪਣੇ ਇਸ ਏਰੀਆ ਦੀ ਨਹੀਂ ਬਲਕਿ ਕਿਉਂਕਿ ਇਹਦੇ ਨਾਲ ਹੀ ਇਹਦੇ ਨਾਲ ਹੀ ਆਪਣਾ ਰਾਜਸਥਾਨ ਸਾਰਾ ਜੁੜਿਆ, ਨਾਲ ਹੀ ਆਪਣਾ ਹਰਿਆਣੇ ਦੇ ਲੋਕ ਬਹੁਤ ਜ਼ਿਆਦਾ ਜੁੜੇ ਹੋਏ ਆ, ਜਿਹੜੇ ਇਹ ਚਾਹੁੰਦੇ ਆ ਕਿ ਅਸੀਂ ਗੰਗਾਨਗਰ ਵਾਲੇ ਲੋਕ ਬੜੇ ਮੈਰਿਜਾਂ ਕਰਦੇ ਨੇ ਡੈਸਟੀਨੇਸ਼ਨ ਮੈਰਿਜ, ਆਪਣੇ ਪੰਜਾਬ ਦੇ ਲੋਕਾਂ ਦਾ ਟ੍ਰੈਂਡ ਹੀ ਇਹ ਬਣ ਗਿਆ। ਕੀ ਕਹਿਣਾ ਚਾਹੋ? ਤੁਹਾਡੀ ਗੱਲ ਸਹੀ ਹੈ। ਅਸੀਂ ਵੀ ਜਦੋਂ ਘੁੰਮਦੇ ਫਿਰਦੇ ਹੁੰਦੇ ਸੀਗੇ ਤਾਂ ਦੇਖਦੇ ਵੀ ਯਾਰ ਲੋਕ ਬਠਿੰਡੇ ਤੋਂ ਰਾਜਸਥਾਨ ਤੋਂ ਸਿੱਧੇ ਚੰਡੀਗੜ੍ਹ ਜਾਂਦੇ ਨੇ, ਤਾਂ ਅਸੀਂ ਦਿਮਾਗ ਦੇ ਵਿੱਚ ਸਾਡੇ ਇਹੀ ਪਲੈਨਿੰਗ ਆਈ ਸੀਗੀ ਵੀ ਯਾਰ ਕਿਉਂ ਨਾ ਵੀ ਜਿਹੜੇ ਲੋਕ ਇੱਥੋਂ ਬਠਿੰਡੇ ਤੋਂ
ਚੰਡੀਗੜ੍ਹ ਘੁੰਮਣ ਜਾਂਦੇ ਨੇ ਜਾਂ ਸ਼ਿਮਲੇ ਜਾਂਦੇ ਨੇ ਜਾਂ ਗੋਆ ਜਾਂਦੇ ਨੇ ਜਾਂ ਮੈਰਿਜਾਂ ਕਰਨ ਲਈ ਰਾਜਸਥਾਨ ਜਾਂਦੇ ਨੇ, ਤਾਂ ਆਪਾਂ ਕਿਉਂ ਨਾ ਆਪਣੇ ਆਪਦੇ ਏਰੀਏ ਦੇ ਵਿੱਚ ਇਹ ਸਾਰਾ ਕੁਛ ਕੀਤਾ ਜਾਵੇ। ਤਾਂ ਇਸੇ ਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਸਾਰੀਆਂ ਚੀਜ਼ਾਂ ਇੱਕ ਥਾਂ 'ਤੇ ਲੈ ਕੇ ਆਏ ਹਾਂ ਵੀ ਤਾਂ ਕਿ ਲੋਕਾਂ ਨੂੰ ਇੱਥੇ ਹੀ ਸਹੂਲਤ ਮਿਲ ਜੇ, ਆਪਦੇ ਏਰੀਏ ਦੇ ਵਿੱਚ ਹੀ ਸਹੂਲਤ ਮਿਲ ਜੇ, ਬਾਹਰ ਜਾਣ ਦੀ ਲੋੜ ਨਾ ਪਵੇ। ਕਿਉਂਕਿ ਤੁਸੀਂ ਦੇਖੋਗੇ ਵੀ ਜਿਹੜੀ ਵਾਟਰ ਪਾਰਕ ਦੀ ਟਿਕਟ ਆ ਉਹ 1500 ਰੁਪਏ ਦੀ ਹੁੰਦੀ ਆ, ਪਰ ਆਉਣ ਜਾਣ 'ਤੇ ਖਰਚਾ ਜਿਹੜਾ ਉਹ ਇਸ ਤੋਂ ਜ਼ਿਆਦਾ ਪੈ ਜਾਂਦਾ। ਤਾਂ ਅਸੀਂ ਸੋਚਿਆ ਵੀ ਯਾਰ ਇੱਥੇ ਜੇ ਹੁਣ ਇੱਥੇ ਆਉਣਗੇ ਤਾਂ ਉਹਨਾਂ ਦਾ ਉਹ ਖਰਚਾ ਤਾਂ ਬਚੂਗਾ, ਅਤੇ ਬਾਕੀ ਆਪਣੇ ਏਰੀਏ ਦੀ ਲੋੜ ਵੀ ਸੀਗੀ, ਅਸੀਂ ਲੋੜ ਨੂੰ ਪੂਰਾ ਕੀਤਾ ਜੀ। ਤੁਹਾਡਾ ਸਾਰੇ ਭਰਾਵਾਂ ਦਾ ਇੱਕ ਵਧੀਆ ਵੈਂਚਰ ਦੇਣ ਲਈ ਪੰਜਾਬ ਨੂੰ ਔਰ ਮਾਲਵੇ ਦੇ ਏਰੀਏ ਨੂੰ ਬਹੁਤ ਬਹੁਤ ਅਸੀਂ ਤੁਸੀਂ ਵਧਾਈ ਦੇ ਪਾਤਰ ਹੋ। ਯੰਗ ਹੋ, ਐਨਰਜੈਟਿਕ ਹੋ ਔਰ ਨਈ ਨਈ ਜਿਹੜੀ ਕ੍ਰੀਏਸ਼ਨਸ ਕਰ ਰਹੇ ਹੋ ਦਿਨੋ ਦਿਨ ਇਹਦੇ ਵਿੱਚ, ਜਿਸ ਦਿਨ ਦਾ ਬਣਿਆ ਮਿਸਤਰੀ ਹਟੇ ਨਹੀਂ ਕਦੇ, ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਨਵੀਂ ਲੱਗਦੀ ਆ ਤੁਸੀਂ ਕਹਿੰਦੇ ਨਹੀਂ ਇਹ ਵੀ ਇੰਟਰੋਡਿਊਸ ਕਰ ਦਿਉ। ਵੀਰੇ ਜੀ ਕੀ ਕਹਿਣਾ ਚਾਹੋਗੇ ਕਿ ਕਦੇ ਟਿੱਕੇ ਨਹੀਂ ਬੈਠੇਗੇ ਕੋਈ ਨਾ ਕੋਈ ਚੀਜ਼ ਨਵੀਂ, ਹੁਣ ਫੋਰਨ ਦੀਆਂ ਤਰ ਜਾਂਦੇ ਜੋ ਮਰਜ਼ੀ ਜਿਹੜੀ ਚੀਜ਼ ਨਵੀਂ ਦੇਖਦੇ ਹੈਗੇ ਉਹੀ ਨਾਲ ਇੰਟੈਂਗਲ ਕਰ ਲੈਂਦੇ। 18 ਸਾਲਾਂ ਤੋਂ ਲੱਗੇ ਹੋਏ ਹਾਂ। ਪਹਿਲਾਂ ਅਸੀਂ ਪ੍ਰਾਈਵੇਟ ਕੰਮ ਕੀਤੇ ਆਪਦੇ, ਸਿਵਲ ਦੇ ਕੰਮ, ਇਲੈਕਟ੍ਰੀਕਲ ਮਕੈਨੀਕਲ ਓਪਰੇਸ਼ਨ ਦੇ ਕੰਮ, ਹੌਲੀ ਹੌਲੀ ਉਸੇ ਤਰ੍ਹਾਂ ਹੀ ਸਾਡੀ ਬੇ ਬਣ ਗਈ। ਮਤਲਬ ਅਸੀਂ ਵਿਹਲੇ ਬੈਠ ਹੀ ਨਹੀਂ ਸਕਦੇ, ਜੇ ਇੱਕ ਕੰਮ ਕੰਪਲੀਟ ਕਰ ਲਿਆ ਫਿਰ ਦੂਸਰੇ ਬਾਰੇ ਸੋਚਣ ਲੱਗ ਗਏ ਨੇ, ਫਿਰ ਉਹ ਕੰਪਲੀਟ ਕਰ ਲਿਆ ਫਿਰ ਤੀਸਰੇ ਬਾਰੇ, ਤਾਂ ਕਰਕੇ ਸਾਡਾ ਸਾਰਿਆਂ ਦਾ ਹੀ ਇੱਕ ਤਰ੍ਹਾਂ ਦਾ ਇਹ ਸਿਸਟਮ ਬਣਿਆ ਹੋਇਆ। ਵੀਰ ਜੀ ਅਬਾਊਟ 3 ਵੱਜ ਚੁੱਕੇ ਆ, ਮੂੰਹਾਂ 'ਤੇ ਗਲੋ ਇਹ ਕਿਵੇਂ, ਕੀ ਗੱਲ ਆ ਵੀ ਇੰਨੀ ਗਲੋ ਕਿਵੇਂ ਆ ਭਰਾ? ਮੇਰੇ ਮੂੰਹਾਂ 'ਤੇ ਗਲੋ ਤਾਂ ਜੀ ਵੈਸਾ ਐਕਸਰਸਾਈਜ਼ ਵੀ ਕਰੀਦੀ ਹੈ ਪੂਰੀ ਜ਼ਿਆਦਾ, ਸਵੇਰੇ ਰਹਿਣੀ ਰੂਣੀ ਕਰੀਦੀ ਹੈ, ਅਤੇ ਬਾਕੀ ਪ੍ਰੋਜੈਕਟ ਹੈ ਰੀਜਨ ਆ ਬਣਾਇਆ ਤਾਂ ਵਧੀਆ ਸਕਸੈਸ ਦੇ ਰਾਹ 'ਤੇ ਹੈ, ਤਾਂ ਉਹ ਵੀ ਗਲੋ ਦਾ ਕਾਰਨ ਹੈਗਾ। ਅਤੇ ਦੂਜੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣ ਲੱਗਿਆ, ਮੈਂ ਨੀਅਰ ਅਬਾਊਟ 2 ਸਾਲ ਪਹਿਲਾਂ ਚੰਡੀਗੜ੍ਹ ਤੋਂ ਮੈਂ ਹੇਅਰ ਵਾਲ ਲਵਾਏ ਸੀਗੇ। ਉੱਥੋਂ ਮਜ਼ਾਕ 'ਚ ਕਿਸੇ ਨੂੰ ਗਿਆ ਸੀ ਵੀ ਯਾਰ ਅਸੀਂ ਚੰਡੀਗੜ੍ਹ ਦੇ ਲੋਕ ਬਠਿੰਡੇ ਆਉਣ ਲਾ ਦਾਂਗੇ, ਵੀ ਬਠਿੰਡੇ ਵਾਲੇ ਚੰਡੀਗੜ੍ਹ ਆਉਂਦੇ ਨਾ ਅਤੇ ਇੱਥੇ ਡੇਲੀ ਬੰਦੇ ਆਉਂਦੇ ਚੰਡੀਗੜ੍ਹ ਤੋਂ, ਲੇਕਿਨ ਮੈਂ ਅਸੀਂ ਕਿਹਾ ਮਜ਼ਾਕ ਸੀ ਉਹ ਸੱਚ ਹੋ ਗਿਆ, ਰੀਅਲ ਡੇਲੀ ਚੰਡੀਗੜ੍ਹ ਤੋਂ ਬੰਦੇ ਆਉਂਦੇ ਆ। ਇਹ ਵੀ ਇੱਕ ਕਾਰਨ ਹੈ ਮੂੰਹਾਂ 'ਤੇ ਗਲੋ ਆਉਣ ਦਾ। ਆਪਣੀਆਂ ਡਿਊਟੀਜ਼ ਔਰ ਇੱਕ ਵਲੰਟੀਅਰ ਦੀ ਤਰ੍ਹਾਂ ਕੰਮ ਕਰਕੇ ਔਰ ਲੋਕਾਂ ਨੂੰ ਪ੍ਰੇਮ ਦੇ ਕੇ ਲੋਕਾਂ ਦੇ ਨਾਲ ਜਿਹੜਾ ਵੀ ਬੰਦਾ ਆਉਂਦਾ, ਜੇ ਕੋਈ ਮਿਲਣਾ ਵੀ ਚਾਹੁੰਦਾ ਵੀ MDs ਕਿਹੜੇ ਨੇ, ਅਤੇ ਤਾਂ ਵੀ ਤੁਸੀਂ ਬੜੇ ਪਿਆਰ ਉਹਨੂੰ ਮਿਲਦੇ ਹੋ, ਕੋਈ ਗੱਲ ਨਹੀਂ ਵੀ ਆਜ਼ਾ ਸਾਨੂੰ ਅਸੀਂ ਤੈਨੂੰ ਮਿਲ ਲੈਂਦੇ ਹੈਗੇ ਹਾਂ, ਕੋਈ ਸਕੂਲਸ ਆ ਕਾਲਜਿਸ ਆ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸੁਵਿਧਾ ਦਾ ਧਿਆਨ ਰੱਖਿਆ ਜਾ ਰਿਹਾ ਔਰ ਉਹ ਅਗਲੀਆਂ ਵੀ ਅੱਗਾਂ ਬੁਕਿੰਗਾਂ ਕਰਾ ਰਹੇ ਹੈਗੇ ਆ। ਕੀ ਕਹਿਣਾ ਚਾਹੋਗੇ ਕਿ ਇਹ ਇੱਕ ਐਸਾ ਵੈਂਚਰ ਬਣਾਇਆ ਜੀ, ਜਿਵੇਂ ਵੀਰ ਜੀ ਨੇ ਕਿਹਾ ਵੀ ਅਸੀਂ ਚੰਡੀਗੜ੍ਹ ਵਾਲੇ ਲੋਕ ਇੱਥੇ ਲਿਆਉਣ ਲਾਤੇ ਹੈਗੇ ਆ, ਉਹ ਉੱਦਾਂ ਲਿਆਉਣ ਨਹੀਂ ਲਾਤੇ, ਉਹਨਾਂ ਨੂੰ ਹੋਸਪਿਟੈਲਿਟੀ ਵੀ, ਉਹਨਾਂ ਨੂੰ ਅਤਿਥੀ ਸਤਿਕਾਰ ਵੀ। ਜਿਹੜਾ ਸਾਡੇ ਮਾਲਵੇ ਦੇ ਲੋਕ ਜੇ ਕਿਸੇ ਨੂੰ ਪਿਆਰ ਕਰਦੇ ਤਾਂ ਇੰਨਾ ਕਰਦੇ ਵੀ ਉਹ ਕਹਿੰਦੇ ਸਾਡੀ ਜਾਨ ਵੀ ਲੈ ਲਓ ਪ੍ਰੇਮ ਦੇ ਨਾਲ। ਕੀ ਕਹਿਣਾ ਚਾਹੁੰਦਾ? ਨਹੀਂ ਹੋਇਆ, ਕਿਤੇ ਵੀ ਜਾਂਦੇ ਉੱਥੇ ਆਪਣਾ ਪਿਆਰ ਹੁੰਦਾ ਜੀ, ਆਪਾਂ ਕਰਦੇ ਹਾਂ ਹਰ ਇੱਕ ਨਾਲ ਜੀ। ਇੱਕ ਸਾਡਾ ਮਤਲਬ ਵੀ ਪਾਰਕ ਬਣਿਆ ਹੋਇਆ ਇੱਥੇ ਆਉਣਾ, ਉਹਨਾਂ ਦਾ ਸਵਾਦ ਕਨਾਟ ਪਾ ਜਾਈ, ਕੋਈ ਵੀ ਸਾਡੇ ਮਤਲਬ ਅਸੀਂ ਸਾਰੇ ਲੋਕ ਜਿੰਨੀ ਟੀਮ ਆ ਸਾਰੀ 15-16 ਘੰਟੇ ਇੱਥੇ ਕੰਮ ਕਰਦੇ ਹਾਂ ਅਸੀਂ, ਔਰ ਸਾਰੇ ਪੂਰੇ ਸਾਰੇ ਆਉਂਦੇ ਆਪਣੇ ਆਪਣੀ ਡਿਊਟੀ ਕਰਦੇ, ਸਭ ਮਿਲਦੇ ਹਾਂ, ਮਿਲਣ ਦੀ ਕੋਈ ਪ੍ਰੋਬਲਮ ਨਹੀਂ, ਸਾਰਾ ਦਿਨ ਪਾਰਕ ਦੇ ਵਿੱਚ ਘੁੰਮਦੇ ਹਾਂ, ਸਭ ਨੂੰ ਮਿਲਦੇ ਹਾਂ ਜੀ। ਵੀ ਚੈਨਲ ਦੇ ਮਾਧਿਅਮ 'ਤੇ ਦੇਖ ਰਹੇ ਆ, ਅਗਰ ਉਹ ਡੈਸਟੀਨੇਸ਼ਨ ਮੈਰਿਜਾਂ ਦੇ ਲਈ ਹੁਣੇ ਜਨਵਰੀ ਫਰਵਰੀ ਦੀਆਂ ਮੈਰਿਜਾਂ ਜਿਹੜੀਆਂ ਉਹ ਬੁੱਕ ਕਰਾਉਣੀਆਂ ਚਾਹੁਣ, ਅਤੇ ਉਹਨਾਂ ਦੇ ਲਈ ਕੋਈ ਖਾਸ ਪੈਕੇਜ ਔਰ ਉਹਨਾਂ ਲਈ ਕੋਈ ਖਾਸ ਸਵਾਦ ਦਿਓਗੇ ਉਹਨਾਂ ਨੂੰ, ਮਤਲਬ ਕਿਉਂਕਿ ਚੈਨਲ ਦੇ ਮਾਧਿਅਮ 'ਤੇ ਜਿਹੜੇ ਲੋਕ, ਹਰ ਬੰਦਾ ਚਾਹੁੰਦਾ ਕਿ ਅਸੀਂ ਇੱਕ ਆਪਣੇ ਸੁਪਨਿਆਂ ਦਾ ਮਹਿਲ ਬਣਾਈਏ, ਔਰ ਜਦੋਂ ਆਪਣਾ ਇਹ ਦੇਖਦਾ ਹੈਗਾ ਚੀਜ਼ ਦੇਖਦਾ, ਕਿਉਂਕਿ ਮੈਰਿਜ ਤਾਂ ਇੱਕ ਦਿਨ ਹੀ ਬੰਦੇ ਨੇ ਕਰਨੀ ਹੁੰਦੀ ਆ, ਔਰ ਜਦੋਂ ਇਹ ਕ੍ਰੀਏਸ਼ਨ ਦੇਖਦਾ ਵੀ ਜਿਹਨਾਂ ਨੇ ਇਹ ਕ੍ਰੀਏਸ਼ਨ ਕੀਤੀ ਆ ਉਹ ਤਾਂ ਉਦੋਂ ਵੀ 10 ਗੁਣਾ ਵਧੀਆ ਕਰਨਗੇ। ਕੀ ਕਹਿਣਾ ਚਾਹੋਗੇ ਕਿ ਜਿਹੜੇ ਬੁਕਿੰਗ ਕਰਾਉਣਗੇ ਤਾਂ ਉਹਨਾਂ ਨੂੰ ਥੋੜ੍ਹਾ ਮੋਟਾ ਉਹਨਾਂ ਨੂੰ ਪਿਆਰ ਜਿਹਾ ਕਰਾਂਗੇ ਅਸੀਂ? ਗੱਲ ਇਹ ਹੈ ਵੀ ਥੋੜ੍ਹਾ ਟਾਈਮ ਲੱਗੇਗਾ, 2 ਕੁ ਮਹੀਨੇ ਤੱਕ ਅਸੀਂ ਇਹਦੀ ਬੁਕਿੰਗ ਓਪਨ ਕਰਾਂਗੇ। ਉਸ ਤੋਂ ਪਹਿਲਾਂ ਅਸੀਂ ਸਾਰਾ ਇਹਦਾ ਡਿਜ਼ਾਇਨ ਵਗੈਰਾ ਸਾਡੇ ਜਿਹੜੇ ਆਰਕੀਟੈਕਟ ਨੇ ਉਹ ਬਣਾ ਰਹੇ ਨੇ, ਜਦੋਂ ਇਹਦਾ ਡਿਜ਼ਾਇਨ ਰੈਡੀ ਹੋ ਗਿਆ ਫਿਰ ਇੱਕ ਡੈਮੋ ਵਾਸਤੇ ਸਾਡੇ ਕੋਲ ਮਟੀਰੀਅਲ ਹੋਏਗਾ,
ਵੀ ਜਿਹੜੇ ਵੀ ਕੋਈ ਡੈਸਟੀਨੇਸ਼ਨ ਵੈਡਿੰਗ ਵਾਸਤੇ ਬੁਕਿੰਗ ਕਰਨ ਵਾਸਤੇ ਸਾਡੇ ਕੋਲ ਆਉਣਗੇ ਤਾਂ ਅਸੀਂ ਉਹਨਾਂ ਨੂੰ ਸਾਰਾ ਕੁਝ ਦਿਖਾ ਕੇ ਵੀ ਇੱਦਾਂ ਦੀ ਤੁਸੀਂ ਮੈਰਿਜ ਕਰ ਸਕਦੇ ਹੋ ਅਤੇ ਉਸਦੇ ਅਕੋਰਡਿੰਗ ਅਸੀਂ ਉਹਨਾਂ ਦੀ ਬੁਕਿੰਗ ਲਵਾਂਗੇ। ਬਾਕੀ ਜਿਹੜੀ ਗੱਲਾਂ ਤੁਸੀਂ ਕਰ ਰਹੇ ਸੀਗੇ ਵੀ ਚਿਹਰੇ ਦੇ ਗਲੋ, ਉਹ ਜਦੋਂ ਸਾਡੇ ਗੈਸਟ ਆਉਂਦੇ ਨੇ, ਅਸੀਂ ਗੈਸਟ ਕਹਿੰਦੇ ਆ, ਕਸਟਮਰ ਨਹੀਂ ਕਹਿੰਦੇ, ਜਦੋਂ ਸਾਨੂੰ ਗੈਸਟ ਸਾਡੇ ਆ ਰਹੇ ਨੇ, ਲਗਾਤਾਰ ਆ ਰਹੇ ਨੇ, ਉਹਨਾਂ ਨੂੰ ਦੇਖ ਦੇਖ ਕੇ ਸਾਡੀ ਰੂਹ ਖੁਸ਼ ਹੋ ਜਾਂਦੀ ਹੈ ਵੀ ਯਾਰ ਬਾਕੀ ਉਹਨਾਂ ਨੂੰ ਦੇਖ ਦੇਖ, ਕਿਉਂਕਿ ਉਹ ਹੱਸਦੇ ਖੇਡਦੇ ਨੇ ਤਾਂ ਉਹਨਾਂ ਨੂੰ ਦੇਖ ਦੇਖ ਸਾਡੇ ਚਿਹਰਿਆਂ 'ਤੇ ਵੀ ਮੁਸਕਾਨ ਆ ਜਾਂਦੀ ਹੈ। ਅਤੇ ਬਾਕੀ ਇੱਕ ਜਿਸ ਤਰ੍ਹਾਂ ਸਾਡੇ CM ਸਾਹਿਬ ਭਗਵੰਤ ਮਾਨ ਜੀ ਨੇ ਇੱਕ ਗੱਲ ਕਹੀ ਸੀਗੀ ਵੀ ਅਸੀਂ ਬਾਹਰਲੇ ਮੁਲਕ ਦੇ ਜਿਹੜੇ ਲੋਕ ਨੇ, ਬਾਹਰਲੇ ਮੁਲਕ ਦੇ ਕੰਮ ਵਾਲੇ ਨੇ, ਬਾਹਰੋਂ ਗੋਰੇ, ਉਹ ਇੱਥੇ ਕੰਮ 'ਤੇ ਅਸੀਂ ਕੰਮ ਕਰਨ ਲਾ ਦਿਆਂਗੇ। ਉਹੀ ਗੱਲ ਇਸ ਪ੍ਰੋਜੈਕਟ 'ਤੇ ਵੀ ਹੋਈ ਹੈ। ਇਹ ਸੀਗਾ ਵੀ 4-5 ਗੋਰਿਆਂ ਦੀ ਇੱਕ ਟੀਮ ਆਈ ਸੀਗੀ ਇਹਦਾ ਡਿਜ਼ਾਇਨ ਤਿਆਰ ਕਰਨ ਵਾਸਤੇ ਕੈਨੇਡਾ ਤੋਂ, ਉਹਨਾਂ ਨੇ ਇੱਥੇ ਆ ਕੇ ਸਾਰੇ ਪ੍ਰੋਜੈਕਟ ਦਾ ਡਿਜ਼ਾਇਨ ਕੀਤਾ, 3 ਦਿਨ ਉਹ ਸਾਡੇ ਨਾਲ ਰਹੇ ਨੇ। ਅਤੇ ਸਾਨੂੰ ਉਦੋਂ ਉਹ ਗੱਲਾਂ ਭਗਵੰਤ ਮਾਨ ਜੀ ਦੀਆਂ ਸਾਨੂੰ ਯਾਦ ਆਈਆਂ ਸੀਗੀਆਂ ਵੀ ਉਹਨਾਂ ਨੇ ਕਹਿੰਦੇ ਸੀਗੇ ਵੀ ਗੋਰੇ ਵੀ ਅਸੀਂ ਪੰਜਾਬ ਆਉਣ ਲਾ ਦਿਆਂਗੇ, ਬਾਕੀ ਉਹ ਗੱਲ ਹੋਈ ਹੈ। ਅਤੇ ਜਿਹੜੇ ਇਸ ਪ੍ਰੋਜੈਕਟ ਦੇ ਕੁਛ ਪੁਆਇੰਟ ਹੋਰ ਸੀਗੇ ਵੀ ਅਸੀਂ ਇਹ ਕੋਸ਼ਿਸ਼ ਕੀਤੀ ਹੈ ਵੀ ਹਰ ਇੱਕ ਚੀਜ਼ ਅਲੱਗ ਤੋਂ ਅਲੱਗ ਕਰੀਏ, ਚਾਹੇ ਉਹ ਵਾਟਰ ਪਾਰਕ ਹੋਵੇ, ਚਾਹੇ ਉਹ ਇਨਡੋਰ ਗੇਮ ਜ਼ੋਨ ਹੋਵੇ। ਇਨਡੋਰ ਗੇਮ ਜ਼ੋਨ ਦੇ ਵਿੱਚ ਜਿਹੜੀਆਂ ਅਸੀਂ ਇੱਕ ਨਵੇਕਲੀਆਂ ਚੀਜ਼ਾਂ ਲੈ ਕੇ ਆਏ ਹਾਂ, ਦੇਖੋ ਟਰੈਂਪਲੇਨ, ਸੌਫਟ ਪਲੇ ਸਟੇਸ਼ਨ, ਆਰਕਿਡ ਗੇਮਾਂ, VR ਗੇਮਾਂ, ਉਹ ਸਾਰੇ ਹਰੇਕ ਥਾਂ 'ਤੇ ਹੁੰਦੀਆਂ ਨੇ, ਪਰ ਜਿਹੜਾ ਸਾਡਾ ਇਨਡੋਰ ਗੇਮ ਜ਼ੋਨ ਹੈ ਇਹ ਇੰਡੀਆ ਦਾ 2nd ਲਾਰਜੈਸਟ ਇਨਡੋਰ ਗੇਮ ਜ਼ੋਨ ਹੈ, ਕਿਤੇ ਵੀ ਨਹੀਂ ਬਣਿਆ ਹੈਗਾ ਪੰਜਾਬ 'ਚ ਤਾਂ, ਕੀ ਸਾਰੇ ਇੰਡੀਆ 'ਚ ਨਹੀਂ ਹੈਗਾ। ਪਹਿਲੇ ਨੰਬਰ 'ਤੇ ਮੁੰਬਈ ਹੈ, ਦੂਸਰੇ ਨੰਬਰ 'ਤੇ ਆਪਣੇ ਲਹਿਰੇ ਬੇਗੇ ਦੇ ਟਿੱਬਿਆਂ ਦੇ ਵਿੱਚ ਇਨਡੋਰ ਗੇਮ ਜ਼ੋਨ ਬਣਿਆ ਹੋਇਆ ਹੈ, ਜਿਹਦਾ ਕਿ ਏਰੀਆ 55,000-60,000 ਸਕੁਆਇਰ ਫੁੱਟ ਦੇ ਨੇੜੇ ਹੈ। ਇਹਦੇ ਵਿੱਚ ਅਸੀਂ ਖਾਸ ਕਰਕੇ ਸਕੂਲਾਂ ਦੇ ਜਿਹੜੇ ਬੱਚੇ ਆਉਂਦੇ ਨੇ, ਐਜੂਕੇਸ਼ਨ ਟੂਰ ਆਉਂਦੇ ਨੇ ਸਾਡੇ ਕੋਲ, ਉਹਨਾਂ ਦਾ ਬਹੁਤ ਧਿਆਨ ਰੱਖਿਆ ਹੋਇਆ, ਜਿਨ੍ਹਾਂ ਲਈ ਅਸੀਂ ਲੈ ਕੇ ਸਪੈਸ਼ਲ ਲੈ ਕੇ ਆਏ ਹਾਂ ਫਲਾਇੰਗ ਸਿਨੇਮਾ, ਉਹ ਆਪਣੇ ਇੰਡੀਆ 'ਚ ਕਿਤੇ ਨਹੀਂ ਹੈਗਾ। ਫਿਰ ਅਸੀਂ ਇੱਥੇ ਲੈ ਕੇ ਆਏ ਹਾਂ ਜਰਨੀ ਟੂ ਮੂਨ, ਜਿਹੜਾ ਕਿ ਕੁਛ ਦਿਨਾਂ ਬਾਅਦ ਅਸੀਂ ਸਟਾਰਟ ਕਰਨ ਜਾ ਰਹੇ ਹਾਂ। ਉਹਦੇ ਵਿੱਚ ਕੀ ਹੋਏਗਾ ਵੀ ਜਿੱਦਾਂ ਸਾਇੰਟਿਸਟ ਚੰਦ 'ਤੇ ਜਾਂਦੇ ਨੇ, ਉਹੀ ਸਾਰਾ ਮਾਹੌਲ ਬਣਿਆ ਹੋਊਗਾ ਵੀ ਚੰਦ 'ਤੇ ਆਪਾਂ ਕਿਵੇਂ ਜਾਣਾ ਅਤੇ ਉੱਥੋਂ ਕਿਵੇਂ ਵਾਪਸ ਆਉਣਾ ਅਤੇ ਰਾਹ ਦੇ ਵਿੱਚ ਕੀ ਤਕਲੀਫਾਂ ਆਉਂਦੀਆਂ ਨੇ, ਉਹ ਸਾਰਾ ਕੰਸੈਪਟ ਉੱਦਾਂ ਦਾ ਬਣਿਆ ਹੋਊਗਾ। ਜਦੋਂ ਇਹ ਜਿਹੜਾ ਹੈਗਾ, ਜਿਹੜੇ ਲੋਕ ਸਾਇੰਸ ਸਿਟੀ ਲੈ ਕੇ ਜਾਂਦੇ ਨੇ ਸਕੂਲਾਂ ਦੇ ਬੱਚਿਆਂ ਨੂੰ, ਉਹ ਹੁਣ ਇੱਥੇ ਲੈ ਕੇ ਆਉਣ ਲੱਗ ਗਏ ਸਾਡੇ ਕੋਲ, ਅਤੇ ਉਹ ਇੱਕ ਐਜੂਕੇਸ਼ਨਲ ਦੇ ਲਈ ਬਹੁਤ ਹੀ ਵਧੀਆ ਪ੍ਰੋਜੈਕਟ ਹੈਗਾ। ਅਤੇ ਬਾਕੀ ਇਹਦੇ ਵਿੱਚ ਜਿਹੜੇ ਹੈਗੇ ਨੇ 2-3 ਚੀਜ਼ਾਂ, ਬੋਲਿੰਗ ਵੀ ਹੈਗੀ ਹੈ, ਰੈਸਟੋਰੈਂਟ ਵੀ ਇੱਥੇ ਬਹੁਤ ਸੋਹਣਾ ਬਣਿਆ ਹੋਇਆ। ਅਸੀਂ ਸੋਚਿਆ ਵੀ ਕਮਾਈ ਨਹੀਂ ਕਰਨੀ ਰੈਸਟੋਰੈਂਟ ਤੋਂ, ਵੀ ਲੋਕਾਂ ਨੂੰ ਇੱਕ ਖਾਣਾ ਦੇਣਾ ਜਿਹੜਾ ਕਿ ਉਹ ਬਾਰ ਬਾਰ ਆਉਣ ਵੀ ਯਾਰ ਬਾਕੀ ਉੱਥੇ ਜਿਹੜਾ ਖਾਣਾ ਮਿਲ ਰਿਹਾ ਤਾਂ ਉੱਥੇ ਹੀ ਮਿਲ ਰਿਹਾ। ਅਤੇ ਬਾਕੀ ਜਿੰਨੀਆਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਨਵੀਆਂ ਤੋਂ ਨਵੀਆਂ ਹੋਰ ਚੀਜ਼ਾਂ ਲੈ ਕੇ ਆਈਏ, ਜਿਸ ਤਰ੍ਹਾਂ ਵਾਟਰ ਪਾਰਕ ਦੇ ਵਿੱਚ ਹੈ, ਇੱਕ ਅਸੀਂ ਸ਼ਿਪ ਦਾ ਕਨਸੈਪਟ ਲੈ ਕੇ ਆਏ ਵਾਟਰ ਪਾਰਕ ਦੇ ਵਿੱਚ, ਉਹ ਇੰਡੀਆ ਦੇ ਵਿੱਚ ਕਿਤੇ ਨਹੀਂ ਹੈਗਾ। ਸਭ ਤੋਂ ਵੱਡਾ ਸ਼ਿਪ ਉਹਨੂੰ ਹੁਣ ਵਾਟਰ ਪਾਰਕ ਦਾ ਇੱਕ ਹਿੱਸਾ ਹੈ, ਅਤੇ ਜਦੋਂ ਸਰਦੀਆਂ ਆਉਣੀਆਂ ਤਾਂ ਉਹਨੂੰ ਇੱਕ ਐਜ ਏ ਰੈਸਟੋਰੈਂਟ ਦੇ ਤੌਰ 'ਤੇ ਅਸੀਂ ਉਹਨੂੰ ਯੂਜ਼ ਕਰਾਂਗੇ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਲੋਕ ਤਾਂ ਕਿੱਟੀ ਪਾਰਟੀਆਂ ਕਰਨੀਆਂ, ਮੈਰਿਜ ਪਾਰਟੀਆਂ ਕਰਨੀਆਂ, ਕੋਈ ਮੀਟਿੰਗਸ ਕਰਨੀਆਂ, ਉਹ ਪ੍ਰੈਫਰ ਕਰ ਰਹੇ ਨੇ ਵੀ ਅਸੀਂ ਇਸ ਵਧੀਆ ਵੈਂਚਰ 'ਤੇ ਜਾਈਏ, ਕੀ ਕਹਿਣਾ ਚਾਹੋਗੇ ਕਿ ਬਹੁਤ ਵੱਡਾ ਰਿਸਪੋਂਸ ਜਿਹੜਾ ਹੈਗਾ ਸਟਾਰਟ ਹੋ ਚੁੱਕਿਆ?
ਹਾਂਜੀ, ਬਹੁਤ ਵਧੀਆ ਰਿਸਪੋਂਸ ਆ ਜੀ, ਬਹੁਤ ਸਾਰੇ ਬੁੱਕ ਹੋ ਰਹੀਆਂ ਨੇ, ਬਰਥਡੇ ਪਾਰਟੀ ਬੁੱਕ ਹੋ ਰਹੀਆਂ ਜੀ, ਲੋਕ ਆਉਂਦੇ ਨੇ ਇੰਜੋਏ ਕਰਦੇ ਨੇ ਵਧੀਆ। ਉਹ ਦੇਰ ਨਾ ਕਰੋ, ਹੁਣ ਇੱਕ ਵਾਰੀ ਤੁਸੀਂ ਆ ਕੇ ਦੇਖ ਲਓ, ਇੱਕ ਵਾਰੀ ਦੇਖ ਲਿਆ, ਇਹ ਚੇਨ ਬਣ ਰਹੀ ਹੈ, ਇਹਨਾਂ ਨੇ ਐਡ ਤਾਂ ਬਹੁਤ ਘੱਟ ਕੀਤੀ ਆ, ਇਹ ਚੇਨ ਆ ਇਹਨਾਂ ਦੀ, ਕਿਉਂਕਿ ਇੱਕ ਬੰਦਾ ਜਦੋਂ ਆਉਂਦਾ ਜਦੋਂ ਦੇਖ ਕੇ ਜਾਂਦਾ ਧੁੰਮਾਂ ਪੈ ਗਈਆਂ ਸਾਰੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ। ਔਰ ਐੱਨ ਆਰ ਆਈ ਵੀਰ ਆ ਜਿਹੜੇ, ਉਹ ਤਾਂ ਹੁਣ ਮਤਲਬ ਇਹ ਕਹਿ ਰਹੇ ਵੀ ਜਲਦੀ ਜਲਦੀ ਇਹ ਜਾਈਏ ਪੰਜਾਬ ਦੇ ਵਿੱਚ, ਔਰ ਅਸੀਂ ਲਹਿਰਾ ਬੈਗਾ ਜਾ ਕੇ ਉਸ ਪਿਆਰੇ ਵੈਂਚਰ ਨੂੰ ਦੇਖੀਏ। ਵੀਰ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ।